23 साला बलजीत सिंह ने कदे नहीं सी सोचा कि एक दिन ट्रक दा सफर उसकी जिंदगी दा आखरी सफर बनेगा। जी हाँ, 23 साला बलजीत सिंह दी एक ट्रक एक्सीडेंट विच मौत हो गई, जिस नाल जीटीए विच वस्ती समूह पंजाबी कम्युनिटी विच सोग दी लहर दौड़ गई है। ए हादसा कैलगरी नू जांदियां नॉर्थ बे दे कोल वापरिया। बलजीत सिंह सड़क ते जमी ब्लैक आइस तो ट्रक नू बाहर कढ़न लई अपने दोस्त दी मदद लई खड़िया सी, जदों दूजे पासे तो तेज रफ्तार नाल आउंदे एक ट्रक ने उस नू टक्कर मारी ते उस दी मौत हो गई। बलजीत सिंह पिछले 3 सालां तो कैनेडा विच रह रहा सी ते रिफ्यूजी सी। उस दे साथियां वल्लों उस दा संस्कार ब्रैम्पटन विच करन दे उपराले कीते जा रहे ने, जिस दे लई वित्तीय मदद वास्ते कम्युनिटी ते गुरुद्वारा साहिब जाके मदद दी अपील कीती जा रही है। ਕਮਿਊਨਿਟੀ ਨੇ ਇਹੀ ਅਪੀਲ ਕਰਦਾ, ਬਲਜੀਤ ਸਿੰਘ ਦਾ ਇੱਥੇ ਕੋਈ ਨਹੀਂ ਸੀਗਾ, ਅਸੀਂ ਸਾਰੇ ਯਾਰ ਦੋਸਤ ਰਲ ਕੇ ਉਹਦੀ ਹੈਲਪ ਕਰ ਰਹੇ ਹਾਂ। ਉਹਨਾਂ ਦੇ ਪਿਤਾ ਜੀ ਜੋ ਕਿ ਮੰਜੇ ਤੋਂ ਉੱਠਣ ਦੇ ਕਾਬਲ ਨਹੀਂ ਹੈਗੇ, ਉਹਨਾਂ ਦਾ ਦਰੰਗ ਹੋ ਗਿਆ ਸੀ, ਲੱਤਾਂ ਨੇ ਕੰਮ ਕਰਦੀਆਂ, ਅਤੇ ਉਹਨਾਂ ਦੀ ਮਾਤਾ ਜੀ ਉਹਦਾ ਸਦਮਾ ਬਰਦਾਸ਼ਤ ਕਰਕੇ ਬਹੁਤ ਜ਼ਿਆਦਾ ਮਾਰਿਆ, ਅਤੇ ਉਹਨਾਂ ਦੀ ਬੋਡੀ ਹੈ ਜਿਹੜੀ ਉਹ ਇੰਡੀਆ ਲਿਜਾਣ ਦੇ ਕਾਬਲ ਨਹੀਂ ਹੈਗੀ, ਅਤੇ ਇਸ ਲਈ ਮੈਨੂੰ ਕਮਿਊਨਿਟੀ ਨੇ ਸਾਰੀ ਨੂੰ ਅਪੀਲ ਆ ਸਾਡੀ ਜੋ ਵੀ ਹੋ ਸਕੇ ਹੈਲਪ ਕਰੀਤੀ ਜਾਵੇ। ਉਸ ਦੇ ਸਾਥੀਆਂ ਵੱਲੋਂ ਟੀਡੀ ਬੈਂਕ ਵਿੱਚ ਖਾਤਾ ਖੋਲਿਆ ਗਿਆ ਤੇ ਪੀਟੀਸੀ ਪੰਜਾਬੀ ਰਾਹੀਂ ਦਾਣੀ ਸੱਜਣਾ ਨੂੰ ਖਾਤਾ ਨੰਬਰ 1140-6140-938 ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮਰਹੂਮ ਬਲਜੀਤ ਸਿੰਘ ਇੱਕ ਗਰੀਬ ਪਰਿਵਾਰ ਤੋਂ ਹੈ ਤੇ ਉਸ ਦੇ ਪਿਤਾ ਵ੍ਹੀਲਚੇਅਰ ਤੇ ਨੇ। ਉਸ ਦੇ ਸਾਥੀਆਂ ਵੱਲੋਂ ਵਿੱਤੀ ਮਦਦ ਇਕੱਠੀ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਤੋਂ ਉਸ ਦੀ ਮਾਂ ਜਾਂ ਭਰਾ ਸੰਸਕਾਰ ਵਿੱਚ ਪੁੱਜ ਸਕਣ। ਲੋੜ ਹੈ ਸਭ ਨੂੰ ਇਸ ਵਿੱਚ ਵੱਧ ਚੜ੍ਹ ਕੇ ਮਦਦ ਕਰਨ ਦੀ। ਕੈਮਰਾਮੈਨ ਵਰਿੰਦਰ ਮਥਾਨ ਦੇ ਨਾਲ ਰੁਪਿੰਦਰ ਕੌਰ, ਪੀਡੀਸੀ ਨਿਊਜ਼, ਬ੍ਰੈਮਟਨ, ਕੈਨੇਡਾ।